ਸਵੇਰ ਦੀਆਂ ਜਿਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਨੇ ਅਤੇ ਮੈਂ ਜਿਸ ਕਿਸਮ ਦੇ ਵਿਸ਼ੇ 'ਤੇ ਬੋਲਣ ਆਇਆ ਮੈਂ ਖਾਸਾ ਜਿਹਨੂੰ ਆਪਾਂ ਕਹਿੰਦੇ ਹਾਂ ਰਿਲਕਟੈਂਟ ਸੀ ਕਿ ਮੈਨੂੰ ਇਹ ਗੱਲ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਅਤੇ ਪਿਛਲੇ ਜਿੰਨੇ ਵੀ ਬੁਲਾਰੇ ਬੋਲੇ ਨੇ ਕਾਫੀ ਕੁਛ ਇੱਦਾਂ ਦਾ ਪ੍ਰੋਵੋਕੇਟਿਵ ਸੀ ਜਿੱਥੇ ਮੈਨੂੰ ਲੱਗਦਾ ਸੀ ਕਿ ਮੈਨੂੰ ਵੀ ਕੁਛ ਚਾਰ ਗੱਲਾਂ ਕਹਿਣੀਆਂ ਚਾਹੀਦੀਆਂ ਨੇ ਪਰ ਮੈਂ ਇਸੇ 'ਚ ਰੁੱਝਿਆ ਰਿਹਾ ਉਹਦੇ 'ਚ ਇੱਕ ਤਾਂ ਗੱਲ ਇਹ ਸੀ ਕਿ ਕੁੱਕੀ ਹੁਣੀ ਚਲੇ ਗਏ ਨਾ ਜਦੋਂ ਕੁੱਕੀ ਬੋਲ ਰਿਹਾ ਸੀਗਾ ਅਤੇ ਇੱਕ ਗੱਲ ਜਿਹੜੀ ਮੇਰੇ ਧਿਆਨ 'ਚ ਵਾਰ ਵਾਰ ਆਉਂਦੀ ਰਹੀ ਉਹ ਇਹ ਸੀ ਕਿ ਹਿਸਟਰੀ ਦੇ ਵਿੱਚ ਕਈ ਵਾਰ ਮੌਕਾ ਇੱਦਾਂ ਦਾ ਆਉਂਦਾ ਕਿ ਤੁਸੀਂ ਡਿਸਾਈਡ ਕਰਨਾ ਹੁੰਦਾ ਜਿਹਦੇ 'ਚ ਜ਼ਿਆਦਾ ਇਹ ਮਾਇਨੇ ਨਹੀਂ ਰੱਖਦਾ ਹੁੰਦਾ ਕਿ ਤੁਸੀਂ ਲੌਂਗ ਰਨ ਦੇ ਵਿੱਚ ਸਹੀ ਸਾਬਤ ਹੋਵੋਗੇ ਜਾਂ ਗਲਤ ਸਾਬਤ ਹੁੰਦੇ ਉਹ ਹਿਸਟਰੀ ਦਾ ਹੋਰ ਮਸਲਾ ਹੁੰਦਾ ਪਰ ਮੈਨੂੰ ਅਕਸਰ ਲੱਗਦਾ ਕਿ ਵੀ ਜਿਹੜੇ ਬੰਦੇ ਉਸ ਵੇਲੇ ਐਂਟੀ ਐਸਟੈਬਲਿਸ਼ਮੈਂਟ ਸਟਾਂਸ ਲੈਂਦੇ ਨੇ ਉਹ ਖਾਸੇ ਹੌਂਸਲੇ ਵਾਲੇ ਅਤੇ ਉਹ ਬੰਦੇ ਹੁੰਦੇ ਨੇ ਜਿਹੜੇ ਸੁਸਾਇਟੀ ਨੂੰ ਸੱਚੀ ਮੁੱਚੀ ਚੰਗੇ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਕੁੱਕੀ ਬੋਲਿਆ ਸੀਗਾ ਅਤੇ ਸਵੇਰੇ ਮੈਂ ਅਮਰਜੀਤ ਚੰਦਨ ਹੁਣਾਂ ਨੂੰ ਗੱਡੀ ਚਲਾ ਕੇ ਲਿਆ ਅਤੇ ਇਹ ਦੋ ਵੱਖਰੇ ਵੱਖਰੇ ਦੌਰ ਦੇ ਬੰਦੇ ਜਿਨ੍ਹਾਂ ਨੇ ਮਤਲਬ ਬਹੁਤ ਤਸ਼ੱਦਦ ਪੰਜਾਬ ਦਾ ਬਰਦਾਸ਼ਤ ਕੀਤਾ ਅਤੇ ਇਹ ਦੋਨੇ ਮੇਰੇ ਅੰਦਰ ਕੁਛ ਹੋਰ ਕਿਸਮ ਦੀ ਗੱਲਬਾਤ ਕਰਦੇ ਰਹੇ ਅਤੇ ਮੈਂ ਬਹੁਤ ਸਾਰੀਆਂ ਗੱਲਾਂ ਉਸ 'ਚੋਂ ਧਿਆਨ ਨਾਲ ਸੁਣ ਨਹੀਂ ਸਕਿਆ ਜਿਹੜੀਆਂ ਤੁਸੀਂ ਕਰ ਰਹੇ ਸੀ ਅਤੇ ਉਹ ਮੈਂ ਜਿੰਨਾ ਕੁ ਖਿੰਡਿਆ ਰਿਹਾ ਉਨਾ ਕੁ ਮੈਂ ਗੱਲਬਾਤ ਦੇ ਵਿੱਚ ਵੀ ਥੋੜ੍ਹਾ ਬਹੁਤਾ ਸ਼ਾਇਦ ਖਿੰਡਿਆ ਹੋਵਾਂਗਾ ਜਦੋਂ ਮੈਂ ਗੱਲ ਕਰਾਂਗਾ ਅਤੇ ਜਿਹੜੇ ਸਾਰੇ ਸਵਾਲ ਅਜੇ ਤੋਂ ਲੈ ਕੇ ਰਜੇਸ਼ ਤੋਂ ਲੈ ਕੇ ਵੱਖਰੇ ਵੱਖਰੇ ਬੰਦਿਆਂ ਨੇ ਖੜ੍ਹੇ ਕੀਤੇ ਉਹ ਸਾਰੇ ਇਸ ਪੱਖੋਂ ਬਹੁਤ ਅਹਿਮ ਨੇ ਕਿ ਪੰਜਾਬ ਦੇ ਵਿੱਚ ਕੀ ਹੋਣਾ ਚਾਹੀਦਾ ਜਾਂ ਕਿਸ ਕਿਸਮ ਦੇ ਸਾਡੇ ਸਵਾਲ ਨੇ ਸਾਡਾ ਸਮਾਜ ਕਿਸ ਕਿਸਮ ਦੇ ਹਾਲਾਤ 'ਚੋਂ ਨਿਕਲ ਰਿਹਾ ਮੈਂ ਤੁਹਾਡੇ ਨਾਲ ਇੱਕ ਜਿਹੜਾ ਤਜਰਬਾ ਸਾਂਝਾ ਕਰਨਾ ਉਹ ਹੈ ਕਿ ਪੰਜਾਬ ਦੇ ਵਿੱਚ ਕੁਛ ਚੀਜ਼ਾਂ ਹੋ ਵੀ ਰਹੀਆਂ ਨੇ ਜਿਹੜੀਆਂ ਇਹ ਸਾਰੇ ਚੀਜ਼ਾਂ ਨਾਲ ਜੁੜੀਆਂ ਹੋਈਆਂ ਨੇ ਜਿਹੜੇ ਆਪਾਂ ਸਵਾਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਦੋਂ ਆਪਾਂ ਸਾਡੀ ਜਿਹੜੀ ਸਾਹਿਤਕ ਵਿਰਾਸਤ ਦੀ ਗੱਲ ਕਰਦੇ ਹਾਂ ਜਾਂ ਜਿਨ੍ਹਾਂ ਸਾਡੇ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੀ ਸਾਂਭ ਸੰਭਾਲ ਦੀ ਗੱਲ ਕਰਦੇ ਹਾਂ ਅਤੇ ਅਕਸਰ ਬਹੁਤ ਚਿੰਤਾ ਨਾਲ ਗੱਲ ਕੀਤੀ ਜਾਂਦੀ ਹੈ ਕਿ ਵੀ ਪੰਜਾਬ ਨੇ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਖਰੜਿਆਂ ਤੋਂ ਲੈ ਕੇ ਪੇਂਟਿੰਗਸ ਤੋਂ ਲੈ ਕੇ ਫੋਟੋਗ੍ਰਾਫਸ ਤੋਂ ਲੈ ਕੇ ਇਮਾਰਤਾਂ ਤੱਕ ਉਹ ਸਾਂਭੀਆਂ ਨਹੀਂ ਜਿਸ ਤਰੀਕੇ ਨਾਲ ਸਾਂਭੀਆਂ ਜਾਣਾ ਚਾਹੀਦੀਆਂ ਸੀ ਕਿਉਂਕਿ ਬਹੁਤ ਸਾਰੀ ਜਿਹੜੀ ਸਾਡੇ ਸਮਾਜ ਦੀ ਵੰਨ ਸੁਵੰਨਤਾ ਸੀ ਚਾਹੇ ਉਹ ਇਮਾਰਤਾਂ ਪੱਖੋਂ ਅਤੇ ਚਾਹੇ ਉਹ ਸਾਹਿਤ ਪੱਖੋਂ ਚਾਹੇ ਲਿਪੀ ਪੱਖੋਂ ਚਾਹੇ ਬੋਲੀ ਪੱਖੋਂ ਉਹਦੇ ਨਾਲ ਹੌਲੀ 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 ਮਰਦੀ ਗਈ ਹੈ ਅਤੇ ਇਹ ਜਿਹੜਾ ਮੈਂ ਤੁਹਾਡੇ ਨਾਲ ਤਜਰਬਾ ਸਾਂਝਾ ਕਰਨਾ ਹੈ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਤਜਰਬਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਪੰਜਾਬ ਡਿਜੀਟਲ ਲਾਇਬ੍ਰੇਰੀ ਚੰਡੀਗੜ੍ਹ ਤੋਂ ਹੀ ਕੰਮ ਕਰਦੀ ਇੱਕ ਅਦਾਰਾ ਹੈ ਇਸ ਅਦਾਰੇ ਨੇ ਪਿਛਲੇ 2003 ਤੋਂ ਬਾਅਦ ਪੰਜਾਬ ਦੇ ਵਿਰਾਸਤ ਨਾਲ ਜੁੜੇ ਹੋਏ ਕੋਈ ਸਾਢੇ ਕੋਈ 75 ਲੱਖ ਦੇ ਕਰੀਬ ਜਿਹੜੇ ਪੇਜ ਨੇ ਅਸੀਂ 7.5 ਮਿਲੀਅਨ ਪੇਜਿਸ ਜਿਹੜੇ ਡਿਜੀਟਾਈਜ਼ ਕੀਤੇ ਨੇ ਅਤੇ ਉਹਦੇ ਵਿੱਚੋਂ ਅੰਦਾਜ਼ਨ 10 ਲੱਖ ਜਿਹੜਾ ਪੇਜ ਆ ਉਹ ਔਨਲਾਈਨ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਉੱਤੇ ਅਵੇਲੇਬਲ ਹੈ ਅਤੇ ਉਹਦਾ ਇਹ ਤਜਰਬਾ ਇਹ ਹੈ ਕਿ ਪੰਜਾਬ ਇਹ ਕੁਛ ਚੀਜ਼ਾਂ ਤੁਸੀਂ ਨਾਲ ਦੀ ਨਾਲ ਉੱਧਰ ਪੜ੍ਹਦੇ ਰਹੇਗੇ ਹੋ ਅਤੇ ਕੁਛ ਚੀਜ਼ਾਂ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਇਹ ਜਿਹੜੇ ਹਾਲਾਤ ਦੇ ਵਿੱਚ ਅਤੇ ਇਹ ਜਿਹੜੀ ਔਰਗੇਨਾਈਜੇਸ਼ਨ 2001 ਦੇ ਵਿੱਚ ਬਣੀ ਅਤੇ ਚੰਡੀਗੜ੍ਹ ਦੇ ਵਿੱਚੋਂ ਇਸ ਵੇਲੇ ਕੰਮ ਕਰਦੀ ਹੈ ਅਤੇ ਇਹਦੇ ਜਿਹੜੇ ਪ੍ਰੋਜੈਕਟ ਨੇ ਉਹ ਲਗਭਗ ਪੂਰੇ ਸਾਊਥ ਏਸ਼ੀਆ ਦੇ ਵਿੱਚ ਚੱਲ ਰਹੇ ਨੇ ਅਤੇ ਇਹ ਸਾਰੇ ਮਸਲੇ ਸੀਗੇ ਕਿ ਅਡਰੈਸਿੰਗ ਹੈਰੀਟੇਜ ਲੋਸ ਡਿਊ ਟੂ ਇਨਵਾਇਰਮੈਂਟ ਇਗਨੋਰੈਂਸ ਐਂਡ ਡਿਸਟਰਕਸ਼ਨ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਖਰੜਿਆਂ ਦਾ ਬਹੁਤ ਵੱਡਾ ਖਜ਼ਾਨਾ ਸਾਡੇ ਕੋਲ ਸੀ ਜਿਹਦੇ ਬਾਰੇ ਵੱਖਰੇ ਵੱਖਰੇ ਦੌਰ 'ਚ ਅਸੀਂ ਗੱਲ ਕਰਦੇ ਰਹੇ ਹਾਂ ਕਿਉਂਕਿ ਛਾਪੇਖਾਨੇ ਤੋਂ ਪਹਿਲਾਂ ਜਿਹੜੀਆਂ ਜ਼ਿਆਦਾਤਰ ਸਾਡੀਆਂ ਲਿਖਤਾਂ ਸੀ ਗੁਰੂ ਕਾਲ ਦੀਆਂ ਜਾਂ ਉਸ ਤੋਂ ਪਹਿਲਾਂ ਦੀਆਂ ਵੀ ਉਹ ਜ਼ਿਆਦਾਤਰ ਖਰੜੇ ਸਨ ਅਤੇ ਹੌਲੀ ਹੌਲੀ ਉਹ ਜਿਹੜੇ ਕੁਛ ਤਾਂ ਸਾਡੇ ਮਿਊਜ਼ੀਅਮਸ ਦੇ ਵਿੱਚ ਅਤੇ ਕੁਛ ਲਾਇਬ੍ਰੇਰੀ ਦੇ ਵਿੱਚ ਸੀਗੇ ਅਤੇ ਕੁਛ ਜਿਹੜੇ ਬੰਦਿਆਂ ਨੇ ਆਪ ਸਾਂਭੇ ਹੋਏ ਸੀ ਉਹਨਾਂ ਦੇ ਵਿੱਚ ਉਹ ਪਏ ਸੀ ਅਤੇ ਵੱਖਰੇ ਵੱਖਰੇ ਕਾਰਨਾਂ ਕਰਕੇ ਉਹ ਕਈ ਖਦਸ਼ਿਆਂ ਵਿੱਚ ਘਿਰੇ ਹੋਏ ਸਨ ਜਿਨ੍ਹਾਂ ਵਿੱਚੋਂ ਕੁਦਰਤੀ ਕਾਰਨ ਨੇ ਹੜ੍ਹ ਆ ਗਿਆ ਜਾਂ ਸਿਉਂਕ ਲੱਗ ਗਈ ਇਸ ਤੋਂ ਬਿਨਾਂ ਬਹੁਤ ਸਾਰੇ ਇੱਦਾਂ ਦੇ ਕੁਛ ਡਿਜ਼ਾਈਨਡ ਕਾਰਨ ਵੀ ਹੁੰਦੇ ਨੇ ਜਿਵੇਂ ਬਹੁਤ ਸਾਰਾ SGPC ਨਾਲ ਜਦੋਂ ਨਿਰਮਲਿਆਂ ਦਾ ਆਪਸ ਵਿੱਚ ਝਗੜਾ ਹੋਇਆ ਤਾਂ ਨਿਰਮਲਿਆਂ ਨੇ ਬਹੁਤ ਸਾਰਾ ਜਿਹੜਾ ਸਾਹਿਤ ਸੀਗਾ ਉਹ ਬਰਬਾਦ ਕਰਤਾ ਅਤੇ ਪੰਜਾਬ 'ਚ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਵੀ ਜਿਹੜੀ ਸਰਸਾ ਉਹ ਪੰਜਾਬ ਦੇ ਵਿੱਚ ਇੱਕ ਵਾਰ ਨਹੀਂ ਚੜ੍ਹੀ ਬਹੁਤ ਵਾਰ ਅਤੇ ਬਹੁਤ ਬਹੁਤ ਰੂਪ ਦੇ ਵਿੱਚ ਜਿਹੜੀ ਸਰਸਾ ਸਾਡਾ ਜਿਹੜੇ ਸਾਹਿਤ ਦਾ ਨੁਕਸਾਨ ਕਰਦੀ ਰਹੀ ਹੈ ਜਦੋਂ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਕੰਮ ਸ਼ੁਰੂ ਹੋਇਆ ਤਾਂ ਇਹ ਸੀਗਾ ਕਿ ਵੀ ਮੁੱਢਲੇ ਰੂਪ ਦੇ ਵਿੱਚ ਇਹ ਫੈਸਲਾ ਹੋਇਆ ਕਿ ਜਿਹੜੇ ਖਰੜੇ ਨੇ ਅਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਪਏ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਡਿਜੀਟਾਈਜ਼ ਕੀਤਾ ਜਾਏਗਾ ਅਤੇ ਉਹਨਾਂ ਨੂੰ ਸਾਂਭਿਆ ਜਾਏਗਾ ਜਿਹੜੀਆਂ ਇਹ ਤੁਸੀਂ ਦੇਖ ਰਹੇ ਹੋ 3 ਜਿਹੜੀਆਂ ਇਹ ਦੋਨੇ ਕੰਨੀਆਂ ਦੀਆਂ ਜਿਹੜੀਆਂ ਡਿਜੀਟਾਈਜ਼ਡ ਇਮੇਜਿਸ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਨੇ
ਦੋਨੇ ਇਹ ਕਰੀਬ 250 ਸਾਲ ਪੁਰਾਣੀਆਂ ਉਹ ਇਮੇਜਸ ਨੇ ਤੇ ਜਿਹੜੀ ਵਿਚਕਾਰ ਵਾਲੀ ਇਮੇਜ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਟਾਈਮ ਦਾ ਮਸੰਦਾਂ ਦੇ ਖਿਲਾਫ ਲਿਖਿਆ ਹੋਇਆ ਹੁਕਮਨਾਮਾ ਹੈ ਉਹ ਗੁਰੂ ਗੋਬਿੰਦ ਸਿੰਘ ਦੇ ਉੱਤੇ ਦਸਤਖਤ ਨੇ ਤੇ ਇਸ ਕਿਸਮ ਦੀ ਬਹੁਤ ਹੀ ਅਲੈਬੋਰੇਟ ਡੈਕੋਰੇਸ਼ਨ ਵਾਲੀ ਅਤੇ ਬਹੁਤ ਸਾਰੇ ਆਰਟ ਵਰਕ ਵਾਲੀਆਂ ਕਰੀਬ 250 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਡਿਜੀਟਾਈਜ਼ ਕੀਤੇ ਨੇ ਅਤੇ ਬਹੁਤ ਸਾਰੀਆਂ ਪੇਂਟਿੰਗਸ ਜਿਹੜੀਆਂ ਅਦਰਵਾਈਜ਼ ਬਿਲਕੁਲ ਹੀ ਲੋਕਾਂ ਦੇ ਆਪਣੇ ਘਰਾਂ ਦੇ ਵਿੱਚ ਜਾਂ ਜਿਹੜੀਆਂ ਮਿਊਜ਼ੀਅਮ ਦੀਆਂ ਕਲੈਕਸ਼ਨਸ ਦੇ ਵਿੱਚ ਪਈਆਂ ਸੀਗੀਆਂ ਉਹਨਾਂ ਨੂੰ ਡਿਜੀਟਾਈਜ਼ ਕੀਤਾ ਗਿਆ ਇਹ ਮਿਨੀਏਚਰ ਪੇਂਟਿੰਗਸ ਨੇ ਅਤੇ ਜਿਹੜੀ ਵਿਚਕਾਰ ਹੈ ਇਹ ਮਿਊਰਲ ਹੈ ਬਾਬਾ ਅਟਲ ਉਹ ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੇ ਮਿਊਰਲ ਸੀਗੇ ਉਹ ਐਸ ਜੀ ਪੀ ਸੀ ਦੀ ਨਿਗਰਾਨੀ ਹੇਠ ਕਾਰ ਸੇਵਕਾਂ ਨੇ ਉਹਨਾਂ ਦਾ ਕੀ ਕੀਤਾ ਅਤੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਸੀਗੀਆਂ ਜਿਹੜੀਆਂ ਸਾਡੇ ਇਤਿਹਾਸ ਨਾਲ ਸਿੱਧਾ ਸੰਬੰਧ ਰੱਖਦੀਆਂ ਸੀ ਸਾਡੇ ਕੋਲ ਉਹ ਪਬਲਿਕ ਡੋਮੇਨ ਦੇ ਵਿੱਚ ਹੋਣੀਆਂ ਚਾਹੀਦੀਆਂ ਸੀ ਪਰ ਉਹ ਇੰਡੀਵਿਜੁਅਲ ਕਲੈਕਸ਼ਨਸ ਦੇ ਵਿੱਚ ਪਈਆਂ ਸੀ ਜਿਵੇਂ ਜਿਹੜੀ ਇਹ ਗੁਰੂ ਕਾ ਬਾਗ ਐਜੀਟੇਸ਼ਨ 1922 ਦੀ ਜਿਹੜੀ ਇਹ ਫੋਟੋ ਹੈ ਉਹ ਇਹ ਲਾਲਾ ਮਿਹਰ ਚੰਦ ਪੰਜਾਬ ਦੇ ਫੋਟੋਗ੍ਰਾਫਰ ਹੋਏ ਨੇ ਜਿਨ੍ਹਾਂ ਨੂੰ ਆਪਾਂ ਪੰਜਾਬ ਦੇ ਪਹਿਲੇ ਪ੍ਰੈਸ ਫੋਟੋਗ੍ਰਾਫਰ ਦੇ ਰੂਪ ਦੇ ਵਿੱਚ ਜਾਣਦੇ ਹਾਂ ਉਹਨਾਂ ਨੇ ਇਹ ਫੋਟੋਆਂ ਖਿੱਚੀਆਂ ਸੀ ਗੁਰੂ ਕੇ ਬਾਗ ਮੋਰਚੇ ਦੇ ਦੌਰਾਨ ਅਤੇ ਇਹ ਜਦੋਂ ਮਦਨ ਮੋਹਨ ਮਾਲਵੀਆ ਰਿਪੋਰਟ ਪੇਸ਼ ਕੀਤੀ ਗਈ ਸਰਕਾਰ ਨੂੰ ਉਹਦੇ ਵਿੱਚ ਗਵਾਹੀ ਦੇ ਤੌਰ ਦੇ ਉੱਤੇ ਇਹ ਫੋਟੋਆਂ ਵੀ ਸਨ ਅਤੇ ਪੰਜਾਬ ਦੇ ਜਿਹੜੇ ਉਸ ਵੇਲੇ ਦੇ ਗਵਰਨਰ ਸੀ ਉਹ ਆਏ ਉਹਨਾਂ ਦੀ ਕਲੈਕਸ਼ਨ ਦੇ ਵਿੱਚੋਂ ਇੰਗਲੈਂਡ ਦੇ ਵਿੱਚੋਂ ਡਾਕਟਰ ਮਦਨਦੀਪ ਕੌਰ ਇਹ ਮਦਨਜੀਤ ਕੌਰ ਇਹ ਫੋਟੋਗ੍ਰਾਫਸ ਲੈ ਕੇ ਆਏ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਇਹਨਾਂ ਨੂੰ ਡਿਜੀਟਾਈਜ਼ ਕੀਤਾ ਹੁਣ ਇਹ ਪਬਲਿਕ ਡੋਮੇਨ 'ਚ ਨੇ ਅਸੀਂ ਇਹਨਾਂ ਨੂੰ ਦੇਖ ਸਕਦੇ ਹਾਂ ਅਤੇ ਵਿਚਕਾਰ ਜਿਹੜੀ ਫੋਟੋ ਹੈ ਇਹ ਬੌਨ ਐਂਡ ਸ਼ੈਫਰਡ ਇੱਕ ਫੋਟੋਗ੍ਰਾਫਰ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਫੋਟੋਗ੍ਰਾਫਸ ਖਿੱਚੀਆਂ ਨੇ ਇਹ ਵੀ ਤਕਰੀਬਨ ਉਸੇ ਦੌਰ ਦੀ ਫੋਟੋ ਹੈ ਅਤੇ ਇੱਕ ਜਿਹੜੀ ਸੱਜੇ ਪਾਸੇ ਵਾਲੀ ਹੈ 17th century ਮਸਜਿਦ 1933 ਪਟਿਆਲਾ ਦੇ ਇੱਕ ਫੋਟੋਗ੍ਰਾਫਰ ਸਨ ਤੰਨਾ ਸਿੰਘ ਉਹਨਾਂ ਦਾ ਨਾਂ ਸੀ ਉਹਨਾਂ ਨੇ 1931 ਤੋਂ 1934 ਤੱਕ ਪੰਜਾਬ ਦੇ ਜਿਹੜਾ ਪੁਰਾਣਾ ਪੰਜਾਬ ਸੀ ਜਿਹਦੀ ਗੱਲ ਹਰਤੋਸ਼ ਹੋਣੀ ਕਰ ਰਹੇ ਸਨ ਉਹਦੇ ਸਾਰੇ ਦੇ ਵਿੱਚ ਨਾ ਉਹਨਾਂ ਨੇ ਸਾਈਕਲ ਦੇ ਉੱਤੇ ਜਾ ਕੇ ਹਰੇਕ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਿਹਦੇ ਵਿੱਚ ਮਸਜਿਦਾਂ ਮੰਦਰ ਅਤੇ ਗੁਰਦੁਆਰੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਕੀਤੇ ਅਤੇ ਬਹੁਤ ਸਾਰੇ ਜਿਹੜੇ ਉਂਝ ਗੁਰਦੁਆਰੇ ਜਾਂ ਮੰਦਰ ਮਸਜਿਦ ਨਹੀਂ ਬਣੀ ਹੋਈ ਸੀ ਪਰ ਜਗ੍ਹਾਵਾਂ ਦੀ ਨਿਸ਼ਾਨਦੇਹੀ ਕੀਤੀ ਹੋਈ ਸੀਗੀ ਕਿ ਇਹ ਭਾਈ ਲਾਲੋ ਦੀ ਥਾਂ ਹੈ ਜਾਂ ਹੋਰ ਵੱਖਰੀ ਵੱਖਰੀ ਥਾਂ ਹੈ ਉਹਨਾਂ ਸਾਰੀਆਂ ਦੀਆਂ ਉਹਨਾਂ ਨੇ ਫੋਟੋਗ੍ਰਾਫਸ ਖਿੱਚੀਆਂ ਇਹ ਗੁਰੂ ਕੀ ਮਸੀਤ ਦੀ ਫੋਟੋ ਹੈ 1933 ਅਤੇ ਜਦੋਂ ਇਹ 1933 ਦੀਆਂ ਸਾਰੀਆਂ ਫੋਟੋਗ੍ਰਾਫਸ ਆਪਾਂ ਦੇਖਦੇ ਹਾਂ ਤਾਂ ਪਤਾ ਲੱਗਦਾ ਕਿ ਵੀ ਸਾਰੀਆਂ ਜਿੰਨੀਆਂ ਇਮਾਰਤਾਂ ਨੇ ਇਹਨਾਂ ਦੇ ਵਿੱਚ ਇੰਨੀ ਤਬਦੀਲੀ ਆ ਚੁੱਕੀ ਹੈ ਕਿ ਪਛਾਣੀਆਂ ਨਹੀਂ ਜਾ ਸਕਦੀਆਂ ਇੱਕ ਫੋਟੋ ਮੈਂ ਥੋੜ੍ਹੀ ਦੇਰ ਬਾਅਦ ਤੱਕ ਤੁਹਾਨੂੰ ਦਿਖਾਵਾਂਗਾ ਜਿਹੜੀ ਉਦੋਂ ਦੀ ਹੈ ਅਤੇ ਹੁਣ ਉਹਦੀ ਤੁਸੀਂ ਦੇਖਦੇ ਹੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਜਿਹੜੀ ਕਲੈਕਸ਼ਨ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਡਿਜੀਟਾਈਜ਼ ਕੀਤੀ ਆ ਉਹ ਬੀ ਐੱਸ ਦੁਰਗਾ ਇੱਕ ਫੋਟੋਗ੍ਰਾਫਰ ਨੇ ਪੰਜਾਬ ਦੇ ਹੁਣ ਕਾਫੀ ਬਜ਼ੁਰਗ ਨੇ ਅਤੇ ਉਹ ਐੱਮ ਐੱਸ ਰੰਧਾਵਾ ਦੇ ਪਰਸਨਲ ਫੋਟੋਗ੍ਰਾਫਰ ਸਨ ਇਹ ਉਹਨਾਂ ਦੀਆਂ ਖਿੱਚੀਆਂ ਹੋਈਆਂ ਫੋਟੋਗ੍ਰਾਫਸ ਨੇ ਅਤੇ ਜਿਹੜੀ ਖੱਬੇ ਹੱਥ ਵਾਲੀ ਫੋਟੋਗ੍ਰਾਫ ਹੈ ਇਹਦੇ ਵਿੱਚ ਮਿਲਖਾ ਸਿੰਘ ਬੈਠੇ ਆ ਅਤੇ ਐੱਮ ਐੱਸ ਰੰਧਾਵਾ ਅਤੇ ਹੋਰ ਅਤੇ ਜਿਹੜੀ ਵਿਚਕਾਰ ਵਾਲੀ ਫੋਟੋ ਹੈ ਇਹ ਉਸੇ ਯੂਨੀਵਰਸਿਟੀ ਦੀ ਹੈ ਜਿਸ 'ਚ ਆਪਾਂ ਹੁਣ ਬੈਠ ਕੇ ਗੱਲ ਕਰ ਰਹੇ ਹਾਂ ਅਤੇ ਜਿਹੜੀ ਸੱਜੇ ਹੱਥ ਦੀ ਹੈ ਇਹਦੇ ਵਿੱਚ ਇਹ ਲੇਖਕਾਂ ਦੇ ਨਾਲ ਰੰਧਾਵਾਸ ਜਿਹਦੇ ਵਿੱਚ ਸ਼ਿਵ ਕੁਮਾਰ ਵੀ ਨੇ ਅਤੇ ਪ੍ਰੀਤ ਲੜੀ ਹੋਣੀ ਵੀ ਨੇ ਅਤੇ ਹੋਰ ਬਹੁਤ ਸਾਰੇ ਲੇਖਕ ਸ਼ਾਇਦ ਤੁਸੀਂ ਪਛਾਣ ਸਕਦੇ ਹੋ ਮੈਂ ਸਾਰਿਆਂ ਨੂੰ ਨਹੀਂ ਪਛਾਣਦਾ ਅਮਰਜੀਤ ਚੰਦਨ ਸ਼ਾਇਦ ਤੁਸੀਂ ਇੱਕ ਦੋ ਨੂੰ ਹੋਰ ਪਛਾਣਦੇ ਹੋ ਸ਼ਿਵਨਾਥ ਤਿਵਾੜੀ ਫੋਰਥ ਫਰਮ ਲੈਫਟ ਸਟੈਂਡਿੰਗ ਹਾਂਜੀ ਪਰ ਕੁੱਲ ਮਿਲਾ ਕੇ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਉਸ ਦੌਰ ਦੇ ਵਿੱਚ ਜਿਹੜੀ ਸਾਡੀ ਹਿਸਟਰੀ ਡਾਕੂਮੈਂਟ ਹੋਈ ਫੋਟੋਗ੍ਰਾਫਸ ਦੇ ਰੂਪ ਦੇ ਵਿੱਚ ਉਹ ਬੀ ਐੱਸ ਦੁਰਗਾ ਦੀ ਜਿਹੜੀ ਪਰਸਨਲ ਕਲੈਕਸ਼ਨ 'ਚ ਅਵੇਲੇਬਲ ਸੀ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਉਹਨੂੰ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਆਉਂਦਾ ਇਹ ਜਿਹੜੀ ਫੋਟੋ ਹੈ ਇਹ ਫੋਟੋ ਨੂੰ ਕੋਈ ਪਛਾਣਦਾ ਜਗ੍ਹਾ ਕੋਈ ਇਹ ਅਨੰਦਪੁਰ ਸਾਹਿਬ ਦੀ ਫੋਟੋਗ੍ਰਾਫ ਹੈ ਜੀ 1933 ਦੀ ਫੋਟੋਗ੍ਰਾਫ ਖਿੱਚੀ ਹੋਈ ਹੈ ਇਹ ਉਹੀ ਕਿਲ੍ਹਾ ਹੈਗਾ ਜਿਹਦੇ ਵਿੱਚੋਂ ਗੁਰੂ ਸਾਹਿਬ ਛੱਡ ਕੇ ਜਿੱਥੋਂ 40 ਮੁਕਤੇ ਦੂਜੇ ਪਾਸੇ ਨੂੰ ਗਏ ਅਤੇ ਇੱਥੋਂ ਸਿਰਸਾ ਅਤੇ ਇਹ ਉਹ ਕਿਲ੍ਹਾ ਅਤੇ ਉਹ ਇਹ 1933 ਦੇ ਵਿੱਚ ਇਸ ਕਿਲ੍ਹੇ ਦੀ ਇਹ ਹਾਲਤ ਸੀ 1933 ਤੋਂ ਬਾਅਦ ਇਹ ਸਾਰੇ ਦਾ ਸਾਰਾ ਕਿਲ੍ਹਾ ਹੁਣ ਤੱਕ ਢਾਹ ਦਿੱਤਾ ਗਿਆ ਅਤੇ ਬਿਲਕੁਲ ਨਵੀਂ ਕਿਸਮ ਦਾ ਕਿਲ੍ਹਾ ਇੱਥੇ ਬਣਾ ਦਿੱਤਾ ਗਿਆ ਇਹ ਤੰਨਾ ਸਿੰਘ ਹੁਣਾਂ ਦੀ ਖਿੱਚੀ ਹੋਈ ਫੋਟੋ ਹੈ ਅਤੇ ਇਹ 1986 ਦੇ ਅਖਬਾਰ ਨੇ ਜਿਹੜਾ ਖੱਬੇ ਹੱਥ ਹੈ ਇਹ ਖਾਲਸਾ ਅਖਬਾਰ ਲਾਹੌਰ ਦਾ ਪਹਿਲਾ ਅੰਕ ਹੈ ਇਹ ਅੰਕ ਦੀ ਇਹ ਵਿੱਚ ਖਾਸ ਤੌਰ ਦੇ ਉੱਤੇ ਕਿਉਂਕਿ ਕਈ ਪੱਤਰਕਾਰ ਦੋਸਤ ਬੈਠੇ ਨੇ ਉਹਨਾਂ ਲਈ ਬੜੀ ਦਿਲਚਸਪ ਗੱਲ ਹੋਏਗੀ
ਇਹਦਾ ਜਿਹੜਾ ਸਾਰੇ ਦਾ ਸਾਰਾ ਅੰਕ ਹੈ ਇਹ ਪੂਰਾ ਐਡੀਟੋਰੀਅਲ ਹੈ। ਅਖਬਾਰ ਨੂੰ ਹੋਣਾ ਕੀ ਚਾਹੀਦਾ ਸਿਰਫ ਇਹਦੇ ਬਾਰੇ ਗੱਲ ਕੀਤੀ ਹੈ। ਜਦੋਂ ਜੇ ਅਸੀਂ ਇਹ ਐਡੀਟੋਰੀਅਲ ਪੜ੍ਹੀਏ ਤਾਂ ਜਿਹੜੀਆਂ ਮੁਸ਼ਕਲਾਂ ਅਸੀਂ ਅੱਜ ਜਰਨਲਿਜ਼ਮ ਨਾਲ ਐਸੋਸੀਏਟ ਕਰਦੇ ਨੇ ਉਹ ਸਾਰੀਆਂ ਦੀਆਂ ਸਾਰੀਆਂ ਉੱਥੇ ਆਈਡੈਂਟੀਫਾਈ ਕੀਤੀਆਂ ਨੇ ਉਹਦੇ ਵਿੱਚ। ਅਤੇ ਇਹ ਅਕਾਲੀ ਪੱਤਰਿਕਾ ਦੀ ਪੁਰਾਣੀ ਇੱਕ ਉਹ ਹੈ, ਇਹ ਜੰਮੂ ਦੇ ਲਾਗੇ ਦਾ ਇੱਕ ਕਿਲ੍ਹਾ ਹੈ। ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਪੰਜਾਬ ਪੂਰੇ ਯੂਨਾਈਟਿਡ ਪੰਜਾਬ ਵਾਲੇ ਇਲਾਕੇ 'ਚ 96 ਦੇ ਕਰੀਬ ਕਿਲ੍ਹੇ ਜਿਹੜੇ ਹੈਗੇ ਆ ਉਹਨਾਂ ਦੀ ਫੋਟੋਗ੍ਰਾਫੀ ਕੀਤੀ, ਜਿਹਦੇ ਵਿੱਚੋਂ ਇੱਕ ਇਹ ਹੈ। ਅਤੇ ਤਕਰੀਬਨ ਸਾਰੇ ਕਿਲ੍ਹੇ ਇਸੇ ਹਾਲਤ ਦੇ ਵਿੱਚ। ਅਤੇ ਜਿਹੜੇ ਸਾਡੇ ਖਰੜੇ ਨੇ ਮੈਨਸਕ੍ਰਿਪਟਸ ਨੇ ਉਹ ਵੱਖਰੀ ਵੱਖਰੀ ਹਾਲਤ ਦੇ ਵਿੱਚ ਨੇ। ਇਹ ਕੁਛ ਹੈਗੇ ਆ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ। ਇਹ ਜਿਹੜੀਆਂ ਮੈਨਸਕ੍ਰਿਪਟਸ ਤੁਸੀਂ ਦੇਖ ਰਹੇ ਹੋ ਇਹ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿੱਚ ਪਈਆਂ ਨੇ, ਸ਼ਾਰਦਾ ਲਿਪੀ ਦੀਆਂ ਇਹ ਮੈਨਸਕ੍ਰਿਪਟਸ ਨੇ। ਹੁਣ ਸ਼ਾਰਦਾ ਲਿਪੀ ਨੂੰ ਪੜ੍ਹਨ ਵਾਲੇ ਬੰਦੇ ਬਹੁਤ ਘੱਟ ਨੇ ਅਤੇ ਇਹ ਯੂਨੀਵਰਸਿਟੀ ਨੇ ਬਹੁਤ ਚੰਗੀ ਤਰ੍ਹਾਂ ਸਾਂਭ ਕੇ ਰੱਖੇ ਹੋਏ ਨੇ, ਜਿਸ ਕਾਰਨ ਇਹਨਾਂ ਨੂੰ ਸਾਰਿਆਂ ਨੂੰ ਉਹ ਲੱਗ ਚੁੱਕੀ ਹੈ ਅੰਕਣਾ, ਅਤੇ ਇਹ ਪੜ੍ਹੇ ਨਹੀਂ ਜਾ ਸਕਦੇ, ਇਹਨਾਂ ਦੇ ਪੰਨੇ ਨਹੀਂ ਥੱਲੇ ਜਾ ਸਕਦੇ। ਇਹ 1984 ਦੀਆਂ ਫੋਟੋਗ੍ਰਾਫਸ ਨੇ ਜਿਹੜੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਜੜੀਆਂ ਹੋਈਆਂ ਬਿਲਡਿੰਗਸ ਨੇ। ਇਹ ਜਿਹੜਾ ਸਾਰਾ ਕੰਮ ਹੈ ਖਾਸ ਤੌਰ ਦੇ ਉੱਤੇ ਪੁਰਾਣੀਆਂ ਮੈਨਸਕ੍ਰਿਪਟਸ ਨੂੰ ਸਾਂਭਣਾ ਅਤੇ ਹੋਰ ਉਹਨੂੰ ਕਿਉਂ ਸਾਂਭਣਾ ਜ਼ਰੂਰੀ ਹੈ, ਵੱਖਰੇ ਵੱਖਰੇ ਜਿਹੜੇ ਪਿਛਲੇ ਸਾਲਾਂ ਦੀਆਂ ਘਟਨਾਵਾਂ ਨੇ ਉਹ ਬਹੁਤ ਅਹਿਮ ਹੋ ਜਾਂਦੀਆਂ ਨੇ। ਜਿਵੇਂ ਲੋਸਟ ਮੈਮਰੀ ਯੂਨੈਸਕੋ ਦੀ ਰਿਪੋਰਟ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਇਹ ਜਿਹੜੀਆਂ 5 ਲਾਇਬ੍ਰੇਰੀਜ਼ ਦੀ ਗੱਲ ਪਿਛਲੇ ਪਾਸੇ ਲਿਖੀ ਹੋਈ ਹੈ ਕਿ ਵੀ ਇਸ ਕਿਸਮ ਨਾਲ ਲਾਇਬ੍ਰੇਰੀਜ਼ ਜੜੀਆਂ ਨੇ ਵੱਖਰੇ ਵੱਖਰੇ ਕਾਰਨਾਂ ਕਰਕੇ। ਉਹਦੇ ਵਿੱਚ ਮੈਂ ਇੱਕ ਗੱਲ ਜੋੜ ਦੇਣੀ ਚਾਹੁੰਦਾ ਕਿ 18 ਦਸੰਬਰ ਆ ਜਿਹੜੀ ਬੀਤੀ 18 ਦਸੰਬਰ ਹੈ ਉਹ ਉਸ ਨੂੰ ਮਿਸਰ ਦੇ ਵਿੱਚ ਇੱਕ ਉਹ ਲਾਇਬ੍ਰੇਰੀ ਜੜ ਗਈ ਹੈ ਜਿਹਦੇ ਵਿੱਚ 2 ਲੱਖ ਕਿਤਾਬਾਂ ਸਨ, ਜਿਹਦੇ ਵਿੱਚੋਂ ਬਹੁਤ ਨਕਸ਼ੇ ਸਨ ਅਤੇ ਖਰੜੇ ਸਨ ਜਿਹੜੇ ਉੱਥੇ ਦੇ ਮਿਸਰ ਦੇ ਇਤਿਹਾਸ ਨਾਲ ਜੁੜੇ ਹੋਏ ਸਨ। ਅਤੇ ਇਹ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਜਿਹੜਾ ਓਪਰੇਸ਼ਨ ਹੈ ਉਹਦੀਆਂ ਵੱਖਰੀਆਂ ਵੱਖਰੀਆਂ ਇਮੇਜਿਸ ਨੇ। ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵਿੱਚ ਜਦੋਂ ਜਿਹੜੀ ਸਮਝ ਹੈ ਉਹ 2-3 ਗੱਲਾਂ ਦੇ ਵਿੱਚੋਂ ਬਣਦੀ ਹੈ ਕਿ ਵੀ ਜਦੋਂ ਜਿਹੜਾ ਸਾਡਾ ਗਿਆਨ ਹੈ ਉਹ ਕਿਸ ਤਰੀਕੇ ਨਾਲ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਤੱਕ ਟਰੈਵਲ ਕਰਦਾ ਹੈ, ਉਹ ਸਿਰਫ ਮੈਮਰੀ ਤੋਂ ਪ੍ਰਿੰਟਿੰਗ ਮਟੀਰੀਅਲ ਤੱਕ ਕਿਵੇਂ ਜਾਂਦਾ ਅਤੇ ਪ੍ਰਿੰਟਿੰਗ ਮਟੀਰੀਅਲ ਤੋਂ ਹੋਰ ਜਿਹੜਾ ਜ਼ਿਆਦਾ ਕਨਵੀਨੀਅੰਟ ਆਫ ਸੈਂਟ ਪ੍ਰਿੰਟਿੰਗ 'ਤੇ ਕਿਵੇਂ ਜਾਂਦਾ ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਹਾਲਤ ਦੇ ਵਿੱਚ ਉਹ ਆਉਣ ਵਾਲਾ। ਇਸ ਬਾਰੇ ਮੈਂ ਇੱਕ ਗੱਲ ਜਿਹੜੀ ਅਜੇ ਦੀ ਗੱਲ ਨਾਲ ਜੁੜਦੀ ਹੈ ਅਤੇ ਜੋ ਹਰਤੋਸ਼ ਹੁਣ ਵੀ ਕਹਿ ਰਹੇ ਸੀ ਉਹਦੇ ਨਾਲ ਵੀ ਜੁੜਦੀ ਗੱਲ ਹੈ, ਉਹ ਇਹ ਦੱਸਣੀ ਚਾਹੁੰਦਾ ਕਿ ਵੀ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਬੁਨਿਆਦੀ ਰੂਪ ਦੇ ਵਿੱਚ ਫੈਸਲਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਕੋਲ ਪਏ ਖਰੜੇ ਨੇ ਉਹਨਾਂ ਨੂੰ ਡਿਜੀਟਾਈਜ਼ ਕਰਾਂਗੇ ਅਤੇ ਸਾਂਭਾਂਗੇ। ਅਤੇ ਜਿਉਂ ਹੀ ਲੋਕਾਂ ਕੋਲ ਜਾਣਾ ਸ਼ੁਰੂ ਕੀਤਾ ਅਤੇ ਉਹਨਾਂ ਕੋਲੋਂ ਸਮਾਨ ਪੰਜਾਬ ਡਿਜੀਟਲ ਲਾਇਬ੍ਰੇਰੀ ਕੋਲ ਆਉਣਾ ਸ਼ੁਰੂ ਹੋਇਆ ਅਤੇ ਕਈ ਕਿਸਮ ਦੇ ਸਵਾਲ ਆਏ ਕਿ ਹੁਣ ਅਸੀਂ ਆਪਣਾ ਜਿਹੜਾ ਕੰਮ ਦਾ ਘੇਰਾ ਕਿਵੇਂ ਤੈਅ ਕਰੀਏ, ਕਿ ਅਸੀਂ ਸਿਰਫ ਖਰੜੇ ਹੀ ਕਰਾਂਗੇ ਜਾਂ ਕੁਛ ਕਰਾਂਗੇ। ਅਤੇ ਓਵਰ ਦਾ ਪੀਰੀਅਡ ਆਫ ਟਾਈਮ ਜਿਹੜੀ ਸਮਝ ਬਣੀ ਉਹ ਇਹ ਬਣੀ ਕਿ ਬਿਲਕੁਲ ਅਤੇ ਬਿਨਾਂ ਕਿਸੇ ਘੇਰੇ ਨੂੰ ਤੈਅ ਕੀਤੇ ਅਤੇ ਕੰਮ ਨਹੀਂ ਕੀਤਾ ਜਾ ਸਕਦਾ, ਘੇਰਾ ਤੈਅ ਕਰਨਾ ਬਹੁਤ ਜ਼ਰੂਰੀ ਹੈ। ਅਤੇ ਘੇਰਾ ਇਹ ਤੈਅ ਕੀਤਾ ਗਿਆ ਕਿ ਜਿਹੜਾ ਯੂਨਾਈਟਿਡ ਪੰਜਾਬ ਜਿਹੜਾ ਹੈਗਾ ਉਸ ਪੂਰੇ ਖਿੱਤੇ ਦੇ ਵਿੱਚ ਪੈਦਾ ਹੋਇਆ ਤਮਾਮ ਸਾਹਿਤ ਕਿਸੇ ਵੀ ਲਿਪੀ ਦਾ ਅਤੇ ਕਿਸੇ ਵੀ ਬੋਲੀ ਦਾ ਕਿਸੇ ਵੀ ਵਿਸ਼ੇ ਦੇ ਉੱਤੇ, ਉਹਦੇ ਵਿੱਚ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਦਿਲਚਸਪੀ ਹੈ ਇੱਕ। ਅਤੇ ਦੂਜੀ ਗੱਲ ਇਹ ਸੀਗੀ ਕਿ ਪੰਜਾਬ ਤੋਂ ਬਾਹਰ ਪੰਜਾਬੀ 'ਚ ਲਿਖਿਆ ਗਿਆ ਕਿਸੇ ਵੀ ਬੋਲੀ ਦਾ ਜਿਹੜਾ ਕਿਸੇ ਵੀ ਸਕ੍ਰਿਪਟ ਦੇ ਵਿੱਚ ਹੈ ਉਹਦੇ ਵਿੱਚ ਸਾਡੀ ਦਿਲਚਸਪੀ ਆ, ਉਹ ਪੰਜਾਬ ਬਾਰੇ ਹੋਵੇ ਜਾਂ ਨਾ ਹੋਵੇ, ਪੰਜਾਬ ਤੋਂ ਬਾਹਰ ਕਿਤੇ ਵੀ ਪੰਜਾਬ ਬਾਰੇ ਕਿਸੇ ਵੀ ਬੋਲੀ 'ਚ ਲਿਖਿਆ ਗਿਆ ਜਿਹੜਾ ਸਾਹਿਤ ਹੈ ਉਹਦੇ 'ਚ ਸਾਡੀ ਦਿਲਚਸਪੀ ਆ, ਉਹ ਚਾਹੇ ਕਿਤੇ ਵੀ ਪਿਆ ਹੋਵੇ। ਇਹ ਉਹਦਾ ਇੱਕ ਜਿਹੜਾ ਘੇਰਾ ਹੈ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ। ਅਤੇ ਇਹ ਪੰਜਾਬ ਡਿਜੀਟਲ ਲਾਇਬ੍ਰੇਰੀ ਇਸ ਤਰੀਕੇ ਨਾਲ ਪਿਛਲੇ ਸਾਲਾਂ ਦੇ ਵਿੱਚ ਲਗਾਤਾਰ ਗਰੋ ਕੀਤੀ ਹੈ। ਇਹ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਜਿਹੜੀ ਹੈਗੀ ਹੈ ਵੈਬਸਾਈਟ ਹੈ। ਇਸ ਤਰੀਕੇ ਨਾਲ ਜਿਹੜੀ ਪੰਜਾਬ ਡਿਜੀਟਲ ਲਾਇਬ੍ਰੇਰੀ ਲੋਕਾਂ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਵੱਖਰੀਆਂ ਵੱਖਰੀਆਂ ਐਗਜੀਬਿਸ਼ਨਸ, ਹੈਰੀਟੇਜ ਵਾਕ। ਅਤੇ ਅੱਜ ਕੱਲ੍ਹ ਪੰਜਾਬ ਡਿਜੀਟਲ ਲਾਇਬ੍ਰੇਰੀ ਕਈ ਮਤਲਬ ਪੰਜਾਬ ਦੇ ਵਿੱਚ ਲਗਾਤਾਰ ਸਰਗਰਮ ਹੈ, ਜਿਹੜਾ ਭਾਰਤ ਵਾਲਾ ਪੰਜਾਬ ਹੈ ਉਹ ਤੋਂ ਬਿਨਾਂ ਬਾਹਰ ਬਹੁਤ ਸਾਰਾ ਐਫਰਟ
ਕੀਤਾ ਜਾ ਰਿਹਾ ਖਾਸ ਤੌਰ ਦੇ ਉੱਤੇ ਪਾਕਿਸਤਾਨ ਦੇ ਵਿੱਚ ਬਹੁਤ ਸਾਰਾ ਜਿਹੜਾ ਪੰਜਾਬ ਦਾ ਸਾਹਿਤ ਹੈ ਅਤੇ ਪਿਛਲੇ ਦਿਨਾਂ 'ਚ ਅਮਰਦੀਪ ਚੰਦਨ ਹੋਣੀ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਰੀਪ੍ਰਜੈਂਟੇਟਿਵ ਦੇ ਤੌਰ ਦੇ ਉੱਤੇ ਕਈ ਸੰਸਥਾਵਾਂ ਨੂੰ ਲਾਇਬ੍ਰੇਰੀਜ਼ ਨੂੰ ਮਿਲ ਕੇ ਆਏ ਹਾਂ ਅਤੇ ਉੱਥੇ ਪਤਾ ਲੱਗਿਆ ਕਿ ਵੀ ਕਈ ਹਜ਼ਾਰ ਇੱਕ ਕਲੈਕਸ਼ਨ ਦੇ ਵਿੱਚ 3000 ਕਿਤਾਬ ਗੁਰਮੁਖੀ ਗੁਰਮੁਖੀ ਵੀ ਹੈਗੀ ਉਹ ਤੋਂ ਬਿਨਾਂ ਹੋਰ ਬਹੁਤ ਸਾਰਾ ਸਾਹਿਤ ਹੈ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਕੋਸ਼ਿਸ਼ ਕੀ ਕਰ ਰਹੀ ਹੈ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਸੇ ਕਿਸਮ ਦਾ ਇਨੀਸ਼ੀਏਟਿਵ ਉੱਥੇ ਵੀ ਲਿਆ ਜਾਵੇ ਤਾਂ ਕਿ ਉੱਥੇ ਜੋ ਵੀ ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਨੇ ਲੋਕਾਂ ਦੀਆਂ ਪਰਸਨਲ ਕਲੈਕਸ਼ਨਸ ਨੇ ਉਹਨਾਂ ਦੇ ਵਿੱਚ ਜਿਹੜਾ ਮਟੀਰੀਅਲ ਅਵੇਲੇਬਲ ਹੈ ਉਹ ਪਹੁੰਚ ਸਕੇ ਇਹ ਇੱਕ ਅਵਾਰਡ 2010 ਦੇ ਵਿੱਚ ਪੰਜਾਬ ਡਿਜੀਟਲ ਲਾਇਬ੍ਰੇਰੀ ਨੂੰ ਮਿਲਿਆ ਅਤੇ ਜਿੱਥੇ ਤੱਕ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਜਿਹੜਾ ਟੈਕਨੀਕਲ ਆਸਪੈਕਟ ਦਾ ਗੱਲ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਉਹ ਮੈਨੂੰ ਸ਼ੇਅਰ ਕਰਨੀ ਚੰਗੀ ਲੱਗਦੀ ਹੈ ਉਹ ਹੈ ਕਿ ਵੀ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਜਦੋਂ ਡਿਜੀਟਾਈਜ਼ ਕਰਨਾ ਸ਼ੁਰੂ ਕੀਤਾ ਕੰਮ ਫਿਰ ਉਹਨੂੰ ਕਲਾਸੀਫਾਈ ਕਰਨਾ ਅਤੇ ਉਹਨੂੰ ਕਿਸ ਤਰੀਕੇ ਨਾਲ ਸਟੋਰ ਕਰਨਾ ਇਹ ਸਾਰੇ ਮੁੱਦੇ ਜਦੋਂ ਸਾਹਮਣੇ ਆਏ ਤਾਂ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਆਪਣੇ ਕਰੀਬ 12 ਸੋਫਟਵੇਅਰ ਜਿਹੜੇ ਸਟੈਂਡ ਅਲੋਨ ਐਪਲੀਕੇਸ਼ਨਸ ਨੇ ਕਿ ਕਿਸ ਤਰੀਕੇ ਨਾਲ ਉਹਦੇ 'ਤੇ ਕੰਮ ਕਰਨਾ ਤੁਸੀਂ ਜ਼ਿਆਦਾ ਕੋਈ ਦਿਲਚਸਪੀ ਲਏਗਾ ਅਤੇ ਮੈਂ ਉਹਦੇ ਬਾਰੇ ਇਲੈਬੋਰੇਟ ਕਰਕੇ ਗੱਲ ਕਰ ਸਕਦਾ ਅਤੇ ਉਹ ਸਾਰਾ ਉਹਨਾਂ ਨੇ ਕੀਤਾ ਅਤੇ ਇਹ ਜਿਹੜਾ ਸਾਰੇ ਦਾ ਸਾਰਾ ਕੰਮ ਹੈ ਇਹ ਵਲੰਟਰੀ ਲੈਵਲ 'ਤੇ ਚੱਲ ਰਿਹਾ ਅਤੇ ਲੋਕਾਂ ਦੀਆਂ ਡੋਨੇਸ਼ਨਸ ਦੇ ਨਾਲ ਚੱਲ ਰਿਹਾ ਅਤੇ ਇੱਕ ਜਿਹੜੀ ਗੱਲ ਪੰਜਾਬ ਵਿੱਚ ਲਾਇਬ੍ਰੇਰੀ ਦੀ ਸਮਝ ਦੇ ਵਿੱਚ ਹੈਗੀ ਹੈ ਕਿ ਜਿਹੜਾ ਤਮਾਮ ਪੰਜਾਬ ਦਾ ਪੰਜਾਬੀ ਬੰਦੇ ਦਾ ਜਿਹੜਾ ਬੌਧਿਕ ਪਸਾਰਾ ਹੈਗਾ ਉਹਦੇ ਬਾਰੇ ਕਿਸ ਕਿਸਮ ਦੀ ਗੱਲਬਾਤ ਹੋਣੀ ਚਾਹੀਦੀ ਹੈ ਉਹਦੀਆਂ ਕੀ ਇੰਟਰਪ੍ਰੀਟੇਸ਼ਨਸ ਹੋਣਗੀਆਂ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਘੱਟੋ ਘੱਟ ਇਹਨੂੰ ਸਾਂਭ ਲੈਣਾ ਆਪਣੇ ਆਪ ਦੇ ਵਿੱਚ ਇੱਕ ਬੌਧਿਕ ਕੰਮ ਜ਼ਰੂਰ ਹੈਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਦੋ ਗੱਲਾਂ ਯਾਦ ਆਈਆਂ ਇੱਕ ਤਾਂ ਇਹ ਗੱਲ ਹੈ ਕਿ ਵੀ ਜਿਵੇਂ ਪੰਜਾਬ ਦੇ ਉੱਤੇ ਕਈ ਸਾਰੇ ਹਿਸਟੋਰੀਅਨਸ ਨੇ ਜਿਨ੍ਹਾਂ ਨੇ ਕੰਮ ਕੀਤਾ ਵਿਦੇਸ਼ੋਂ ਆ ਕੇ ਖਾਸ ਤੌਰ ਦੇ ਉੱਤੇ ਮੈਕਲੋਡ ਵਰਗੇ ਜਿਹੜੇ ਬੰਦੇ ਨੇ ਉਹਨਾਂ ਕੋਲ ਕਿਸ ਕਿਸਮ ਦਾ ਖਜ਼ਾਨਾ ਪੰਜਾਬ ਦੇ ਬਾਰੇ ਹੈਗਾ ਉਹ ਕੋਸ਼ਿਸ਼ ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਜਾਰੀ ਹੈ ਕਿ ਉਹਨਾਂ ਦੇ ਜਿਹੜੇ ਪਰਸਨਲ ਕਲੈਕਸ਼ਨਸ ਨੇ ਉਹ ਕਿਸੇ ਤਰੀਕੇ ਨਾਲ ਡਿਜੀਟਾਈਜ਼ ਕੀਤੀਆਂ ਜਾ ਸਕਣ ਅਤੇ ਇਸੇ ਤਰੀਕੇ ਨਾਲ ਹੋਰ ਅਤੇ ਤੁਹਾਡੇ 'ਚੋਂ ਕਿਸੇ ਨੂੰ ਵੀ ਕਿਤੇ ਵੀ ਕੁਛ ਇੱਦਾਂ ਦੀ ਗੱਲ ਪਤਾ ਲੱਗੇ ਤਾਂ ਵੁੱਡ ਲਵ ਟੂ ਪਰਸਿਊ ਦੈਟ ਕਿਸੇ ਨੇ ਕੁਛ ਪੁੱਛਣਾ ਹੋਵੇ ਤਾਂ ਮੈਨੂੰ ਪੁੱਛਣ ਦਾ ਬਸ